ਹਾਂਜੀ ਬੇਟਾ ਇੱਕ ਹੋਰ ਨਵਾਂ ਸਾਲ ਭਾਗ ਇੱਕ ਸਵੇਰ ਠੀਕ ਹੈ ਇਹਦੇ ਪ੍ਰਸ਼ਨ ਉੱਤਰ ਦੀ ਆਪਾਂ ਰਿਵੀਜ਼ਨ ਕਰਾਂਗੇ ਅੱਜ ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ਤੇ ਬੈੱਡ ਟੀ ਦੀ ਮੰਗ ਕਿਉਂ ਕਰਦਾ ਹੈ ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ਬੈੱਡ ਟੀ ਦੀ ਮੰਗ ਇਸ ਲਈ ਕਰਦਾ ਹੈ ਕਿਉਂਕਿ ਉਹ ਵੀ ਵੱਡੇ ਲੋਕਾਂ ਵਾਂਗ ਸਵੇਰੇ ਉੱਠਦਿਆਂ ਸਵੇਰੇ ਉੱਠਦਿਆਂ ਬਿਸਤਰਾ ਛੱਡਣ ਤੋਂ ਪਹਿਲਾਂ ਚਾਹ ਪੀਣਾ ਚਾਹੁੰਦਾ ਸੀ ਜਿਸ ਨੂੰ ਵੱਡੇ ਲੋਕ ਬੈਡਟੀ ਕਹਿੰਦੇ ਸਨ ਇਸ ਤੋਂ ਇਲਾਵਾ ਇੱਕ ਹੋਰ ਖਾਸ ਗੱਲ ਇਹ ਸੀ ਕਿ ਉਸ ਦਿਨ ਨਵਾਂ ਸਾਲ ਚੜ੍ਹਿਆ ਹੋਇਆ ਸੀ ਹੁਣ ਬੈਡਟੀ ਸ਼ਬਦ ਹੈ ਜਿਹੜਾ ਜਦੋਂ ਕਲੱਬ ਦੇ ਵਿੱਚੋਂ ਰਿਕਸ਼ੇ ਦੇ ਵਿੱਚ ਬੈਠੀ ਆਉਂਦੇ ਨਾਲ ਸਵਾਰੀਆਂ ਰਹੀ ਸਿਰ ਰਾਤ ਨੂੰ ਕਲੱਬ ਦੇ ਵਿੱਚ ਵਾਰਿ ਸੀ ਤਾਂ ਉਹ ਬੈਡਟੀ ਸ਼ਬਦ ਬੋਲਦੇ ਨੇ ਤਾਂ ਤਾਂ ਅਗਲੇ ਦਿਨ ਨਵਾਂ ਸਾਲ ਹੁੰਦਾ ਨਵੇਂ ਸਾਲ ਵਾਲੇ ਦਿਨ ਜਿਹੜਾ ਬੰਤਾ ਉਹ ਆਪਣੀ ਪਤਨੀ ਨੂੰ ਕਹਿੰਦਾ ਹੁੰਦਾ ਵੀ ਮੈਨੂੰ ਬੈਡਟੀ ਪਲਾ ਦੇ ਠੀਕ ਹੈ ਤਾਂ ਪਤੇ ਉਹਦੀ ਪਤਨੀ ਨੂੰ ਤਰਨ ਨੂੰ ਬੈਡਟੀ ਦਾ ਮਤਲਬ ਨਹੀਂ ਪਤਾ ਹੁੰਦਾ ਹੈਗਾ ਤਾਂ ਇਸ ਕਰਕੇ ਜਿਹੜਾ ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ਤੇ ਬੈਡਟੀ ਕਹਿੰਦਾ ਵੀ ਮੈਨੂੰ ਬੈਡਟੀ ਲੈ ਕੇ ਆ ਠੀਕ ਹੈ ਬੰਤੇ ਦਾ ਸਵੇਰ ਸਵੇਰੇ 6 ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਤੇ ਕਿਉਂ ਬੰਤੇ ਦਾ ਸਵੇਰੇ 6 ਵਜੇ ਸਟੇਸ਼ਨ ਤੇ ਪਹੁੰਚਣ ਦਾ ਪ੍ਰੋਗਰਾਮ ਸੀ ਪੂਰੇ 6 ਵਜੇ ਕਾਲਕਾ ਮੇਰਾ ਆ ਜਾਂਦੀ ਹੈ ਟ੍ਰੇਨ ਆ ਜਾਂਦੀ ਸੀ ਬੰਤੇ ਨੂੰ ਰਿਕਸ਼ੇ ਤੇ ਬੈਠਣ ਵਾਲੀਆਂ ਸਵਾਰੀਆਂ ਮਿਲ ਜਾਂਦੀਆਂ ਸਨ ਨਾਵਲ ਦਾ ਨਾਇਕ ਰਿਕਸ਼ੇ ਵਾਲਾ ਰਿਕਸ਼ੇ ਦੇ ਪਹੀਏ ਦੀ ਤੁਲਨਾ ਆਪਣੇ ਜੀਵਨ ਦੇ ਨਾਲ ਕਿਸ ਚੀਜ਼ ਨਾਲ ਕਰਦਾ ਹੈ ਠੀਕ ਹੈ ਨਾਵਲ ਦਾ ਜਿਹੜਾ ਨਾਇਕ ਹੈ ਬੰਤਾ ਰਿਕਸ਼ੇ ਦੇ ਪਹੀਏ ਦੀ ਤੁਲਨਾ ਆਪਣੇ ਜੀਵਨ ਦੇ ਚੱਕਰ ਨਾਲ ਕਰਦਾ ਹੈ ਵੀ ਮਤਲਬ ਉਹਦੀ ਜ਼ਿੰਦਗੀ ਦਾ ਸੰਘਰਸ਼ ਵੀ ਇਸੇ ਤਰੀ ਚਲ ਰਿਹਾ ਹੈ ਇਸੇ ਤਰੀ ਓ ਦੀ ਜ਼ਿੰਦਗੀ ਚਲ ਰਹੀ ਹੈ ਜਿਵੇਂ ਇੱਕ ਰਿਕਸ਼ੇ ਦਾ ਪਹੀਆ ਘੁੰਮ ਰਿਹਾ ਹੈ ਬੰਤੇ ਦਾ ਆਪਣਾ ਗੁਜ਼ਾਰਾ ਰਿਕਸ਼ੇ ਦੇ ਪਹੀਏ ਦੇ ਚੱਲਣ ਨਾਲ ਹੁੰਦਾ ਹੈ ਉਹ ਸੋਚਦਾ ਹੈ ਕਿ ਰਿਕਸ਼ਾ ਹੋਵੇ ਭਾਵੇਂ ਨਾ ਜ਼ਿੰਦਗੀ ਚਲਦੀ ਹੀ ਚੰਗੀ ਲੱਗਦੀ ਹੈ ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ ਸੀ ਬੰਤੇ ਦਾ ਪਿਓ ਖੇਤ ਮਜ਼ਦੂਰ ਸੀ ਆਪਣੀ ਵੱਡੀ ਧੀ ਦੇ ਵਿਆਹ ਦਾ ਕਰਜ਼ਾ ਲਾਉਣ ਲਈ ਸਾਰਾ ਦਿਨ ਉਹ ਮਿਹਨਤ ਕਰਦਾ ਰਹਿੰਦਾ ਸੀਗਾ ਪਰ ਕਰਜ਼ਾ ਉਸ ਦੇ ਸਿਰ ਤੇ ਹੋਰ ਚੜ ਜਾਂਦਾ ਸੀ ਇਸ ਲਈ ਇਸ ਦੇ ਬੋਝ ਅਤੇ ਫਿਕਰ ਕਰਕੇ ਉਸ ਦੀ ਮੌਤ ਹੋ ਗਈ ਸੀ ਬੰਤੇ ਦੇ ਪਿਓ ਦੀ ਬੰਤਾ ਪੜਨ ਤੋਂ ਕਿਉਂ ਹਟ ਗਿਆ ਸੀ ਅਜੇ ਬੰਤਾ ਚੌਥੀ ਜਮਾਤ ਵਿੱਚ ਹੀ ਪੜਦਾ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਪਹਿਲਾਂ ਵੀ ਪਹਿਲਾਂ ਹੀ ਸਿਰ ਤੇ ਕਰਜ਼ਾ ਸੀ ਉਹਦੇ ਪਿਓ ਦੇ ਸਿਰ ਤੇ ਵੀ ਕਰਜ਼ਾ ਸੀਗਾ ਉਸ ਦੀਆਂ ਦੋ ਭੈਣਾਂ ਤੇ ਮਾਂ ਦੀ ਜ਼ਿੰਮੇਵਾਰੀ ਵੀ ਉਸ ਤੇ ਪੈ ਗਈ ਸੀ ਜਿਸ ਕਾਰਨ ਉਸ ਨੂੰ ਪੜ੍ਹਾਈ ਛੱਡਣੀ ਪਈ ਸੀ ਅਤੇ ਉਹ ਖੇਤ ਮਜ਼ਦੂਰ ਬਣ ਗਿਆ ਸੀ। ਬੰਤੇ ਨੇ ਆਪਣਾ ਪਿੰਡ ਕਿਉਂ ਛੱਡ ਦਿੱਤਾ ਸੀ? ਪਿਤਾ ਦੀ ਮੌਤ ਤੋਂ ਬਾਅਦ ਬੰਤਾ ਖੇਤ ਮਜ਼ਦੂਰ ਬਣ ਗਿਆ ਸੀ। ਇੱਕ ਦਿਨ ਸਰਦਾਰ ਦੇ ਵੱਡੇ ਮੁੰਡੇ ਨੇ ਬੰਤੇ ਨੂੰ ਕੁੱਟਿਆ ਅਤੇ ਅੱਗੇ ਬੰਤੇ ਨੇ ਵੀ ਉਸਦੇ 2-4 ਮਾਰ ਦਿੱਤੀਆਂ ਜਦੋਂ ਖੇਤ ਦੇ ਵਿੱਚ ਮਜ਼ਦੂਰੀ ਕਰਦਾ ਸੀ ਠੀਕ ਹੈ ਤਾਂ ਜਿਹੜਾ ਸਰਦਾਰਾਂ ਦੇ ਜਿਨ੍ਹਾਂ ਦੇ ਪਿੰਡ ਦੇ ਵਿੱਚ ਜਿਨ੍ਹਾਂ ਦੇ ਖੇਤ ਦੇ ਵਿੱਚ ਕੰਮ ਕਰਦਾ ਸੀਗਾ ਉਹਨਾਂ ਦੇ ਮੁੰਡੇ ਨੇ ਸਰਦਾਰਾਂ ਦੇ ਮੁੰਡੇ ਨੇ ਬੰਤੇ ਦੇ 2-4 ਥੱਪੜ ਲਾ ਦਿੱਤੇ ਠੀਕ ਹੈ ਤਾਂ ਬੰਤਾ ਕਹਿਣ ਲੱਗਾ ਵੀ ਮੈਂ ਸਾਰਾ ਦਿਨ ਸਾਰਾ ਪਿੰਡ ਉਸਦੇ ਮਗਰ ਪੈ ਗਿਆ ਕਿਉਂਕਿ ਹਰੇਕ ਕੋਈ ਵੀ ਇਨਸਾਨ ਹੈ ਠੀਕ ਹੈ ਜਿਆਦਾਤਰ ਅਮੀਰ ਲੋਕ ਦੀ ਬੰਦਾ ਹਮਾਇਤ ਜਿਆਦਾ ਕਰਦਾ ਗਰੀਬ ਦੀ ਕੋਈ ਨਹੀਂ ਸੁਣਦਾ ਠੀਕ ਹੈ ਇਸੇ ਤਰ੍ਹਾਂ ਹੀ ਇਹਦੇ ਵਿੱਚ ਸੀ ਬੰਤਾ ਗਰੀਬ ਸੀਗਾ ਸਰਦਾਰ ਸੀ ਉਹਨਾਂ ਕੋਲ ਪੈਸੇ ਸੀ ਅਮੀਰ ਸੀ ਕਿ ਜਿਸ ਕਰਕੇ ਸਰਦਾਰ ਦੀ ਗੁਲਾਮੀ ਤੋਂ ਦੁਖੀ ਹੋ ਕੇ ਆਪਣਾ ਪਿੰਡ ਛੱਡ ਕੇ ਸ਼ਹਿਰ ਆ ਗਿਆ ਸੀਗਾ ਬੰਤਾ ਬੰਤਾ ਖੇਤ ਮਜ਼ਦੂਰ ਤੋਂ ਰਿਕਸ਼ਾ ਚਾਲਕ ਕਿਵੇਂ ਬਣਿਆ ਸੀ ਖੇਤ ਵਿੱਚ ਮਜ਼ਦੂਰੀ ਕਰਦਾ ਇੱਕ ਦਿਨ ਸਰਦਾਰ ਦੇ ਵੱਡੇ ਮੁੰਡੇ ਨੇ ਉਸ ਨੂੰ ਕੁੱਟਿਆ ਸੀ ਅਤੇ ਬੰਤੇ ਨੇ ਵੀ ਉਸ ਨੂੰ ਦੋ ਚਾਰ ਮਾਰ ਦਿੱਤੀਆਂ ਸਾਰਾ ਪਿੰਡ ਉਸਦੇ ਮਗਰ ਪੈ ਗਿਆ ਸੀ ਦੁਖੀ ਹੋ ਕੇ ਬੰਤਾ ਸ਼ਹਿਰ ਆ ਗਿਆ ਤੇ ਦਫ਼ਤਰ ਵਿੱਚ ਚਪੜਾਸੀ ਲੱਗ ਗਿਆ ਸਭ ਤੋਂ ਪਹਿਲਾਂ ਬੰਤਾ ਜਦੋਂ ਸ਼ਹਿਰ ਆਇਆ ਪਿੰਡ ਤੋਂ ਦੁਖੀ ਹੋ ਕੇ ਠੀਕ ਹੈ ਸਭ ਤੋਂ ਪਹਿਲਾਂ ਉਹ ਚਪੜਾਸੀ ਲੱਗਿਆ ਸੀਗਾ ਸ਼ਾਮ ਨੂੰ ਸਾਹਿਬ ਦੇ ਘਰ ਛੋਟੇ-ਮੋਟੇ ਕੰਮ ਵੀ ਕਰਨੇ ਪੈਂਦੇ ਸੀਗੇ ਉਹਨੂੰ ਇੱਕ ਦਿਨ ਸਾਹਿਬ ਦੀ ਪਤਨੀ ਨੇ ਉਸਨੂੰ ਕੱਪੜੇ ਧੋਣ ਲਈ ਕਹਿ ਦਿੱਤਾ ਪਰ ਉਹਨੇ ਕੱਪੜੇ ਧੋਣ ਤੋਂ ਮਨ੍ਹਾ ਕਰ ਦਿੱਤਾ ਠੀਕ ਹੈ ਤਾਂ ਸਾਹਿਬ ਉਸ ਉੱਤੇ ਬਹੁਤ ਗੁੱਸਾ ਹੋਇਆ ਤਾਂ ਬੰਤਾ ਫਿਰ ਦੁਬਾਰਾ ਦਫ਼ਤਰ ਨਹੀਂ ਗਿਆ ਆਏਗਾ ਬੰਤਾ ਕਹਿੰਦਾ ਸੀਗਾ ਵੀ ਮੇਰੇ ਤੋਂ ਕੋਈ ਵੀ ਕੰਮ ਕਰਵਾ ਲਓ ਪਰ ਮੈਂ ਘਰ ਦੇ ਕੱਪੜੇ ਨਹੀਂ ਧੋਵਾਂਗਾ ਸ਼ਹਿਰ ਵਿੱਚ ਉਸਨੇ ਕਈ ਕੰਮਕਾਰ ਕੀਤੇ ਪਰ ਉਹਨੂੰ ਕੋਈ ਕੰਮਰਾ ਸੁਣਾਇਆ ਅੰਤ ਵਿੱਚ ਉਸਨੇ ਰਿਕਸ਼ਾ ਚਾਲਕ ਬਣ ਕੇ ਤੇ ਉਹਨੇ ਨੌਕਰੀ ਛੱਡ ਦਿੱਤੀ ਬੱਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ ਸੀ ਉਹੀ ਗੱਲ ਸੇਮ ਬੇਟਾ ਆ ਗਈ ਇਹਦੇ ਵਿੱਚ ਇਸ ਕੁਐਸਚਨ ਦੇ ਵਿੱਚ ਠੀਕ ਹੈ ਬੀ ਚਪੜਾਸੀ ਦੇ ਘਰੇ ਉਹ ਨੌਕਰੀ ਉਹਦੀ ਚਪੜਾਸੀ ਦੀ ਨੌਕਰੀ ਕਰਦਾ ਸੀ ਉਹ ਸ਼ਾਮ ਵੇਲੇ ਉਹਦੇ ਘਰ ਦੇ ਛੋਟੇ-ਮੋਟੇ ਕੰਮ ਕਰਨੇ ਪੈਂਦੇ ਸੀਗੇ ਪਰ ਇੱਕ ਦਿਨ ਉਹਦੀ ਸਹੇਬ ਦੀ ਜਿਹੜੀ ਪਤਨੀ ਸੀ ਉਹਨੇ ਉਹਨੂੰ ਕਿਹਾ ਵੀ ਤੂੰ ਕੱਪੜੇ ਧੋ ਠੀਕ ਹੈ ਉਹਨੇ ਨਾ ਕਰ ਦਿੱਤੀ ਜਿਸ ਕਰਕੇ ਜਿਹੜਾ ਸਹੇਬ ਸੀ ਉਹਦੇ ਤੇ ਬਹੁਤ ਜ਼ਿਆਦਾ ਗੁੱਸੇ ਹੋਇਆ ਤਾਂ ਉਹਨੇ ਉਸ ਤੋਂ ਬਾਅਦ ਉਹਨੇ ਦਫ਼ਤਰ ਨਹੀਂ ਗਿਆ ਹੈਗਾ ਤੇ ਉਹਨੇ ਨੌਕਰੀ ਛੱਡ ਦਿੱਤੀ ਠੀਕ ਹੈ ਉਹ ਕਹਿੰਦਾ ਵੀ ਮੈਂ ਤਾਂ ਕੋਈ ਵੀ ਕੰਮ ਕਰਵਾ ਲਵਾਂ ਪਰ ਮੈਂ ਕੱਪੜੇ ਨਹੀਂ ਧੋਵਾਂਗਾ ਬੰਤਾ ਨੇ 5ਵੀਂ ਜਮਾਤ ਦਾ ਇਮਤਿਹਾਨ ਕਿਵੇਂ ਦਿੱਤਾ ਬੰਤਾ 5ਵੀਂ ਜਮਾਤ ਦਾ ਸਾਲਾਨਾ ਇਮਤਿਹਾਨ ਦੇਣ ਸਕੂਲ ਪਹੁੰਚਿਆ ਤਾਂ ਮਾਸਟਰ ਨੇ ਕੋ ਕੁਰੀ ਬੱਟੀ ਸਭ ਤੋਂ ਪਹਿਲਾਂ 5ਵੀਂ ਜਮਾਤ ਦਾ ਇਮਤਿਹਾਨ ਕਿਉਂ ਦੇਣ ਗਿਆ ਸੀਗਾ ਉਹ ਬੰਤਾ ਠੀਕ ਹੈ ਥੋੜਾ ਜਿਹਾ ਟਾਈਮ ਰਹਿ ਸੀ ਰਹਿ ਗਿਆ ਸੀ ਜਦੋਂ 4ਵੀਂ ਜਮਾਤ ਦੇ ਵਿੱਚ ਬੰਤਾ ਪੜਦਾ ਸੀਗਾ ਤਾਂ ਉਹਦੇ ਪਿਤਾ ਦੀ ਮੌਤ ਹੋ ਗਈ ਸੀ ਬੰਤਾ ਸੋਚਦਾ ਸੀਗਾ ਵੀ ਮੇ ਵੀ ਮੈਨੂੰ ਚੌਥੀ ਜਮਾਤ ਪਾਸ ਹੋਣ ਦੇ ਨਾਲੋਂ ਮੈਨੂੰ ਪੰਜਵੀਂ ਜਮਾਤ ਦੇ ਵਿੱਚ ਫੇਰ ਹੋਣਾ ਚੰਗਾ ਸਮਝਦਾ ਸੀਗਾ ਉਹ ਠੀਕ ਹੈ ਇਸ ਕਰਕੇ ਉਹ ਅਧਿਵਿਚਾਰੇ ਜਾ ਕੇ ਪੰਜਵੀਂ ਜਮਾਤ ਦੇ ਪੇਪਰ ਦੇਣ ਗਿਆ ਸੀ ਪਰ ਮਾਸਟਰ ਕਹਿੰਦਾ ਸੀਗਾ ਪਹਿਲਾਂ ਕਈ ਮਹੀਨੇ ਦੀ ਤੇਰੀ ਸਾਰੇ ਮਹੀਨੇ ਦੀ ਫੀਸ ਰਹਿੰਦੀ ਉਹ ਪਰ ਤਾਂ ਬੰਤੇ ਨੇ ਬਿਨਾਂ ਤਿਆਰੀ ਕੀਤੀ ਹੀ ਪੇਪਰ ਦੇ ਦਿੱਤੇ ਸਾਰੇ ਠੀਕ ਹੈ ਪਰ ਉਹ ਚੌਥੀ ਪਾਸ ਨਾਲੋਂ ਪੰਜਵੀਂ ਪੰਜਵੀਂ ਦੇ ਵਿੱਚੋਂ ਫੇਲ ਹੋਣਾ ਜ਼ਿਆਦਾ ਵਧੀਆ ਸਮਝਦਾ ਸੀਗਾ ਠੀਕ ਹੈ ਨੈਕਸਟ ਕੁਐਸਚਨ ਹੈ ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਹੋਈ ਸੀ ਤਾਨਪੁਰੇ ਵਾਲੀ ਕੁੜੀ ਨੂੰ ਗੋਣ ਦਾ ਸ਼ੌਂਕ ਸੀ ਉਸ ਨੂੰ ਨਵੇਂ ਸਾਲ ਦੇ ਵਿਸ਼ੇਸ਼ ਪ੍ਰੋਗਰਾਮ ਉੱਤੇ ਰੇਡੀਓ ਸਟੇਸ਼ਨ ਜਲੰਧਰ ਤੋਂ ਇੱਕ ਤਾਰ ਆਈ ਸੀ ਮਤਲਬ ਉਹਨੂੰ ਚਿੱਠੀ ਆਈ ਸੀ ਕਿ ਉਹ ਕੁੜੀ ਜਲੰਧਰ ਆਪਣਾ ਪ੍ਰੋਗਰਾਮ ਪੇਸ਼ ਕਰਨ ਗਈ ਸੀ ਕਿਰਾਏ ਤੇ ਰਿਕਸ਼ਾ ਦੇਣ ਵਾਲੇ ਸੇਠ ਨੂੰ ਬੰਤਾ ਖੁਸ਼ਕਿਸਮਤ ਕਿਉਂ ਸਮਝਦਾ ਸੀਗਾ ਕਿਉਂ ਸਮਝਦਾ ਸੀ ਬੇਟਾ ਆਪਾਂ ਨੇ ਜਦੋਂ ਨਾਵਲ ਪੜ੍ਹਿਆ ਹੈ ਤਾਂ ਸਾਰੇ ਕੁਐਸਚਨ ਆਪਣੇ ਆਪ ਆ ਜਾਣਗੇ ਆਪਾਂ ਨੂੰ ਠੀਕ ਹੈ ਕਿਉਂ ਸਮਝਦਾ ਸੀਗਾ ਕਿਉਂ ਕਹਿੰਦਾ ਸੀਗਾ ਵੀ ਉਹਨੂੰ ਸੇਠ ਨੂੰ ਕੋਈ ਰਿਕਸ਼ਾ ਨਹੀਂ ਚਲਾਉਣਾ ਪੈਂਦਾ ਠੀਕ ਹੈ ਸਵੇਰੇ ਰਿਕਸ਼ੇ ਚੱਲਦੇ ਨੇ ਉਹਨੇ ਖੁਦ ਰਿਕਸ਼ੇ ਪਾਏ ਹੋਏ ਨੇ ਤੇ ਸ਼ਾਮ ਨੂੰ ਉਹਨੂੰ ਘਰੇ ਬੈਠੇ ਬਿਠਾਏ ਨੂੰ ਸਾਰਾ ਕਿਰਾਇਆ ਮਿਲ ਜਾਂਦਾ ਸਾਰੇ ਪੈਸੇ ਮਿਲ ਜਾਂਦੇ ਉਹਨੂੰ ਕਿਤੇ ਕਮਾਉਣ ਪੈਸੇ ਕਮਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਤੇ ਹੱਥ ਪੈਰ ਨਹੀਂ ਮਾਰਨੇ ਪੈਂਦੇ ਹੈਗੇ ਘਰੇ ਬੈਠੇ ਨੂੰ ਹੀ ਪੈਸਾ ਆ ਜਾਂਦਾ ਠੀਕ ਹੈ ਸੇਠ ਨੇ ਰਿਕਸ਼ਾ ਕਰਾਇਤੇ ਦਿੱਤੇ ਹੋਏ ਸਨ ਰੋਜ਼ ਸ਼ਾਮ ਨੂੰ ਉਸਨੂੰ ਰਿਕਸ਼ਿਆਂ ਦਾ ਕਿਰਾਇਆ ਘਰ ਬੈਠੇ ਹੀ ਮਿਲ ਜਾਂਦਾ ਸੀ ਉਸਨੂੰ ਪੈਸੇ ਕਮਾਉਣ ਲਈ ਹੱਥ ਪੈਰ ਨਹੀਂ ਮਾਰਨੇ ਪੈਂਦੇ ਸਨ ਇਸ ਕਰਕੇ ਕਿਰਾਏ ਰਿਕਸ਼ੀ ਦੇਣ ਵਾਲੇ ਸੇਠ ਨੂੰ ਬੰਤਦਾ ਜਿਹੜਾ ਖੁਸ਼ਕਿਸਮਤ ਸਮਝਦਾ ਸੀਗਾ ਰਿਕਸ਼ਾ ਚਾਲਕ ਦੀ ਮਾਂ ਕਿੱਥੇ ਰਹਿੰਦੀ ਸੀ ਅਤੇ ਉਸ ਦੀ ਦੇਖਭਾਲ ਕਿਵੇਂ ਕਰਦਾ ਸੀ ਉਹ ਰਿਕਸ਼ਾ ਚਾਲਕ ਦੀ ਜਿਹੜੀ ਮਾਂ ਸੀਗੀ ਠੀਕ ਹੈ ਤਾਰੋ ਦੀ ਸਾਸਿ ਸੀਗੀ ਉਹਨਾਂ ਦੇ ਵਿੱਚ ਨੂੰ ਸਸੇ ਦੇ ਵਿੱਚ ਆਪਸ ਦੇ ਵਿੱਚ ਲੜਾਈ ਖਹਿੜ ਹੋ ਜਾਂਦੀ ਸੀ ਜਿਸ ਕਰਕੇ ਬੰਤੇ ਦੀ ਮਾਂ ਜਿਹੜੀ ਉਹ ਪਿੰਡੇ ਦੇ ਵਿੱਚ ਹੀ ਰਹਿੰਦੀ ਸੀ ਉਹ ਲੋਕਾਂ ਦੇ ਭਾਂਡੇ ਮਾਂ ਦੀ ਭਾਂਡੇ ਮਾਂਦ ਕੇ ਗੁਜ਼ਾਰਾ ਕਰਦੇ ਸੀ ਮਹੀਨੇ ਦੋ ਮਹੀਨੇ ਦੇ ਮਗਰੋਂ ਜਿਹੜਾ ਬੰਤਾ ਆਪਣੇ ਪਿੰਡ ਜਾਂਦਾ ਤੇ ਆਪਣੀ ਮਾਂ ਨੂੰ ਕੁਝ ਛਿੱਲੜ ਦੇ ਆਉਂਦਾ ਸੀ ਨਾਵਲ ਦੇ ਵਿੱਚ ਛਿੱਲੜ ਸ਼ਬਦ ਵਰਤਿਆ ਗਿਆ ਆਪਾਂ ਇੱਥੇ ਲਿਖਾਂਗੇ ਵੀ ਕੁਝ ਰੁਪਏ ਦੇ ਆਉਂਦਾ ਸੀ ਜਾਂ ਛਿੱਲੜ ਵੀ ਲਿਖ ਸਕਦੇ ਤੁਸੀਂ ਬ੍ਰੈਕਟ ਦੇ ਵਿੱਚ ਰੁਪਏ ਲਿਖ ਸਕਦੇ ਹੋ ਠੀਕ ਹੈ ਨਵੇਂ ਸਾਲ ਤੇ ਰਿਕਸ਼ਾ ਚਾਲਕ ਬੰਤਾ ਚਾਹੁੰਦਾ ਹੋਇਆ ਵੀ ਗੁਰਦੁਆਰੇ ਮੱਥਾ ਟੇਕਣ ਕਿਉਂ ਨਾ ਜਾ ਸਕੇ ਨਵੇਂ ਸਾਲ ਤੇ ਰਿਕਸ਼ਾ ਚਾਲਕ ਬੰਤਾ ਗੁਰਦੁਆਰੇ ਮੱਥਾ ਟੇਕਣ ਗੁਰਦਾਸਾਹ ਮੱਥਾ ਟੇਕਣ ਚਾਹੁੰਦਾ ਸੀ ਉਹ ਗਲੀ ਦੇ ਇੱਕ ਪਾਸੇ ਰਿਕਸ਼ਾ ਖੜਾ ਕਰਕੇ ਜੰ德ਰਾ ਮਾਰਕੀ ਗੁਰਦੁਆਰੇ ਜਾਣ ਲੱਗਿਆ ਹੀ ਸੀ ਕਿ ਸਵਾਰੀ ਨੇ ਕਿਹਾ ਕਿ ਅੰਦਰ ਬੜੀ ਢੀਢ ਹੈ ਪਹਿਲਾਂ ਤਾਂ ਉਹਨਾਂ ਨੂੰ ਛੱਡ ਆਏ ਜਿਸ ਕਰਕੇ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਾ ਜਾ ਸਕਿਆ ਰਿਕਸ਼ਾ ਚਾਲਕ ਦੇ ਕਿੰਨੇ ਬੱਚੇ ਸਨ ਉਹਨਾਂ ਦੀ ਪੜ੍ਹਾਈ ਸੰਬੰਧੀ ਬੰਤੇ ਦੇ ਕੀ ਵਿਚਾਰ ਸੀਗੇ ਰਿਕਸ਼ਾ ਚਾਲਕ ਦੇ ਤਿੰਨ ਬੱਚੇ ਸਨ ਦੋ ਕੁੜੀਆਂ ਤੇ ਇੱਕ ਮੁੰਡਾ ਰਿਕਸ਼ਾ ਚਾਲਕ ਬੰਤਾ ਆਪਣੀਆਂ ਕੁੜੀਆਂ ਨੂੰ ਉਨਾ ਹੀ ਪੜਾਉਣਾ ਚਾਹੁੰਦਾ ਸੀ ਜਿੰਨਾ ਆਪਣੇ ਮੁੰਡੇ ਫਮਣ ਨੂੰ ਉਹ ਚਾਹੁੰਦਾ ਸੀ ਕਿ ਕੁੜੀਆਂ ਨੂੰ ਦਾਸ ਅੰਦੇ ਨਾਲੋਂ ਪੜਾਉਣਾ ਜ਼ਰੂਰੀ ਹੈ ਉਹ ਆਪਣੇ ਮੁੰਡੇ ਨੂੰ 14 ਦੀ ਮਾਤਾ ਪੜਾਉਣਾ ਚਾਹੁੰਦਾ ਸੀ ਉਹ ਕਹਿੰਦਾ ਸੀ ਉਨਾ ਹੀ ਮੈਂ ਆਪਣੀਆਂ ਕੁੜੀਆਂ ਨੂੰ ਪੜਾਵਾਂ ਠੀਕ ਹੈ ਇਹ ਬੇਟਾ ਤੁਹਾਡੇ ਕੁਸਚਨ ਆਨਸਰ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ